ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਰਾਂ ਦਾ ਨਿੱਘਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਭੁੰਦਰ ਦੀ ਨਿਯੁਕਤੀ ਨੂੰ ਕੀਤਾ ਵੱਡੋ ਰੱਤ ਕਾਰਜਕਾਰੀ ਪ੍ਰਧਾਨ ਬਣਦੇ ਸਾਰੀ ਵਿਵਾਦਾਂ ਚ ਘੇਰੇ ਭੁੰਦਰ ਕਾਂਗਰਸ ਤੇ ਨਵੇਂ ਫੈਸਲੇ ਕਾਰਨ ਟੁੱਟਿਆ ਚੰਨੀ ਅਤੇ ਵੜਿੰਗ ਦਾ ਸੁਪਨਾ ਕੰਗੜਾ ਦੇ ਬਿਆਨ ਤੇ ਸਿਮਰਨਜੀਤ ਮਾਰਕ ਕਸੂਤੇ ਫਸੇ 5 ਦਿਨਾਂ ਦੇ ਅੰਦਰ ਅੰਦਰ ਜਨਤਕ ਮੁਆਫੀ ਮੰਗਣ ਦੇ ਹੁਕਮ ਕਾਂਗਰਸੀ ਆਗੂ ਰਾਣਾ ਗੁਰਜੀਤ ਨੂੰ ਵੱਡਾ ਅਤੇ ਕਰਾਰਾ ਝਟਕਾ ਅੰਮ੍ਰਿਤਸਰ ਵਿੱਚ 6 ਸਾਲ ਦੀ ਧੀ ਨਾਲ ਜ਼ਬਰਦਸਤ ਕਰਨ ਵਾਲੇ ਦੋਸ਼ੀ ਪਿੱਤਾ ਨੂੰ ਫਾਂਸੀ ਦੀ ਸਜ਼ਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇਗੀ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਅਕਾਲੀ ਦਲ ਦੀ ਅਕਾਲੀ ਦਲ ਨੇ ਜਦੋਂ ਵੀ ਕਿਤੇ ਉਹ ਪੈਚਵਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਸਗੋਂ ਹੋਰ ਡੂੰਗੀ ਖਾਈ ਵਿੱਚ ਜਾ ਡਿੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਹੁਣ ਬਲਵਿੰਦਰ ਸਿੰਘ ਭੂੰਦੜ ਦੀ ਜਿਹੜੀ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਹੈ ਉਹਨੂੰ ਮੁੱਢੋਂ ਹੀ ਨਕਾਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਸੁਧਾਰ ਲਹਿਰ ਦੇ ਵੱਲੋਂ ਗੁਰਪ੍ਰਤਾਪ ਸਿੰਘ ਵਡਾਲਾ, ਸਰਜੀਤ ਸਿੰਘ ਰਖੜਾ, ਪਰਮਿੰਦਰ ਸਿੰਘ ਢੀਂਡਸਾ, ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਇਨਾ ਨੇ ਸਾਂਝੇ ਤੌਰ ਤੇ ਬਿਆਨ ਦਿੱਤਾ ਹੈ ਅਤੇ ਕਿਹਾ ਕਿ ਸਾਡੀ ਮੰਗ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਰਕਰਾਂ ਦੀ ਮੰਗ ਦੇ ਮੁਤਲਕ ਉਹਨਾਂ ਦੇ ਅਨੁਸਾਰ ਸੁਖਵੀਰ ਬਾਦਲ ਦੇ ਅਸਤੀਫੇ ਦੀ ਹੈ ਨਾ ਕਿਸੇ ਲੀਡਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ ਉਹ ਕਹਿੰਦੇ ਕਿਉਂਕਿ ਪਹਿਲੀ ਗੱਲ ਕਾਰਜਕਾਰੀ ਪ੍ਰਧਾਨ ਕੋਲ ਕੋਈ ਪਾਵਰ ਨਹੀਂ ਹੁੰਦੀ ਤੇ ਦੂਸਰੀ ਭੂੰਦੜ ਵੀ ਕਹਿੰਦੇ ਸਾਰੀ ਉਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਸੀ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਕੀਤਾ ਗਿਆ ਇਹ ਮਸਲਾ ਹੈ ਇਹਨਾਂ ਸਾਫ਼ ਕਰ ਦਿੰਦਾ ਹੈ ਕਿ ਸੁਖਬੀਰ ਬਾਦਲ ਦੀ ਜਿਹੜੀ ਤਿਆਗ ਦੀ ਭਾਵਨਾ ਹੈ ਉਹ ਉਹਦੇ ਚ ਹਾਲੇ ਕਿਤੇ ਨਜ਼ਰ ਨਹੀਂ ਆ ਰਹੀ ਜਿਹੜੇ ਉਹ ਫੈਸਲੇ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਆਪਣੇ ਲਈ ਠੀਕ ਲੱਗਦੇ ਨੇ ਫੈਸਲੇ ਉਸੇ ਤਰ੍ਹਾਂ ਦੇ ਕਰ ਰਹੇ ਨੇ ਇਹਨਾਂ ਫੈਸਲਿਆਂ ਨੂੰ ਸਿੱਖ ਪੰਥ ਕਦੀ ਵੀ ਪਰਵਾਹ ਨਹੀਂ ਕਰੂਗਾ ਜਦੋਂ ਕਿ ਸਮੂਹ ਅਕਾਲੀ ਵਰਕਰ ਅਤੇ ਪੰਥਦਰਦੀ ਸੁਖਬੀਰ ਦੇ ਅਸਤੀਫੇ ਦੀ ਮੰਗ ਕਰ ਰਹੇ ਹੈ ਇਹਦੇ ਨਾਲ ਹੀ ਪਰ ਜੀਡੀਪੀਓ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸੁਖਬੀਰ ਬਾਦਲ ਕੰਤ ਤੇ ਲਿਖਿਆ ਪੜ ਚੁੱਕੇ ਹੈ ਪਰ ਹਾਲੇ ਵੀ ਪ੍ਰਧਾਨਗੀ ਨਹੀਂ ਛੱਡ ਰਹੇ ਅਤੇ ਇਸ ਵਿੱਚ ਉਹਨਾਂ ਦਾ ਹੰਕਾਰ ਸਾਫ਼ ਝਲਕ ਰਿਹਾ ਹੈ ਜੇ ਕਦੇ ਉਹਨਾਂ ਵਿੱਚ ਪੰਥ ਪ੍ਰਤੀ ਕੋਈ ਦਰਦ ਹੁੰਦਾ ਤਾਂ ਉਹ ਆਪਣਾ ਅਹੁਦਾ ਛੱਡ ਦਿੰਦੇ ਜਥੇਦਾਰ ਸਹਿਬਾਨਾਂ ਦੀ 71 ਤਾ ਤੋਂ ਪਹਿਲਾਂ ਸਾਂਝੀ ਪੰਜ ਪ੍ਰਧਾਨੀ ਬਣਾਉਣ ਦੀ ਤਜ਼ਵੀਜ਼ ਕਰਦੇ ਤੇ ਇਹਨਾਂ ਨੇ ਡਾਕਟਰ ਦਲਜੀਤ ਸਿੰਘ ਟੀਮਾ ਦੇ ਉਸ ਬਿਆਨ ਨੂੰ ਵੀ ਹਾਸੋਹੀਣਾ ਗਰਦਾਨੇ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਐ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਰਹੇ ਐ ਕਿਉਂਕਿ ਉਹ ਇੱਕ ਨਵਾਨੇ ਸਿੱਖ ਦੇ ਵਿੱਚੋਂ ਪੇਸ਼ ਹੋਣਾ ਚਾਹੁੰਦੇ ਐ ਇਸ ਬਿਆਨ ਤੇ ਤੰਜ ਕਸਦਿਆਂ ਉਹਨਾਂ ਨੇ ਕਿਹਾ ਕਿ ਪਹਿਲਾਂ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਵਾਬ ਦਿੱਤਾ ਸੀ ਉਸ ਦਿਨ ਵੀ ਕਹਿੰਦੇ ਇਹੀ ਦਾਵਾ ਕੀਤਾ ਗਿਆ ਸੀ ਕਿ ਉਹ ਇੱਕ ਨਵਾਨੇ ਸਿੱਖ ਦੇ ਵਿੱਚੋਂ ਪੇਸ਼ ਹੋਇਆ ਜੇ ਅੱਜ ਵੀ ਸੁਖਵੀਰ ਬਾਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਫਿਰ ਕਹਿੰਦੇ ਉਹਨਾਂ ਵਿੱਚ ਕਿਹੜੀ ਨਵਾਨੀ ਗੱਲ ਐ ਇਹਦੇ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਸੁਖਬੀਰ ਬਾਦਲ ਦੇ ਵੱਲੋਂ ਇੰਨੇ ਵੱਡੇ ਜਿਹੜੇ ਵੱੱਜਰ ਗੁਨਾਹ ਕੀਤੇ ਗਏ ਐ ਉਹਨਾਂ ਦੇ ਬਾਵਜੂਦ ਵੀ ਉਹ ਪ੍ਰਧਾਨਗੀ ਨੂੰ ਜਫਾ ਮਾਰ ਕੇ ਬੈਠੇ ਰਹਿਣਾ ਚਾਹੁੰਦੇ ਐ ਬਲਵਿੰਦਰ ਸਿੰਘ ਭੋਂਦਰ ਦੀ ਨਿਯੁਕਤੀ ਤਾਂ ਸਿਰਫ ਲੋਕਾਂ ਦੀਆਂ ਕਹਿੰਦੇ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਐ ਪ੍ਰਧਾਨਗੀ ਦੇ ਫੈਸਲੇ ਤੋਂ ਆਪ ਲਿਆ ਕਰਨਗੇ ਸਿੱਖ ਪੰਦੇ ਇੰਨੇ ਵੱਡੇ ਉਹ ਕਹਿੰਦੇ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਉਹ ਆਪਣੀ ਪ੍ਰਧਾਨਗੀ ਛੱਡ ਰਹੇ ਤੇ ਪ੍ਰਧਾਨਗੀ ਦੀ ਇੰਨੀ ਲਾਲਸਾ ਜਿਸ ਕਰਕੇ ਉਹਨਾਂ ਨੂੰ ਡਾਕਟਰ ਚੀਮਾ ਦੇ ਵੱਲੋਂ ਨਿਮਾਣੇ ਕਹਿਣਾ ਬਹੁਤ ਕਹਿੰਦੇ ਹਾਸੂਹੀਣਾ ਹੈ ਇਹਨਾਂ ਆਗੂਆਂ ਨੇ ਜਿੱਥੇ ਇਸ ਨਿਯੁਕਤੀ ਨੂੰ ਮੁੱਢੋਂ ਰद्द ਕੀਤਾ ਅਤੇ ਸਿੱਖ ਪੰਥ ਦੀ ਭਾਵਨਾ ਦੇ ਮੁਤਾਬਕ ਉਹ ਫੈਸਲੇ ਲੈਣੇ ਚਾਹੀਦੇ ਹੈ ਜਿਸ ਨੂੰ ਕਹਿੰਦੇ ਸਮੁੱਚਾ ਸਿੱਖ ਜਗਤ ਪ੍ਰਵਾਨ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਸੁਨੇਹਾ ਵੀ ਕਹਿੰਦੇ ਅੱਜ ਦੇ ਸਮੇਂ ਵਿੱਚ ਦੇਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਪ ਭਵਿੱਖ ਦੇ ਵਿੱਚ ਅਕਾਲੀ ਦਲ ਪੰਜਾਬ ਅਤੇ ਪੰਥ ਵਾਸਤੇ ਜੂਝੇਗਾ ਅਤੇ ਪੰਥ ਦੀ ਵਿਚਾਰਧਾਰਾ ਤੇ ਸੋਚ ਤੇ ਉਹਦੇ ਤੇ ਪਹਿਰਾ ਦਿੰਦੇ ਹੋਏ ਨਵੀਂ ਸ਼ਕਤੀ ਵੱਜੋਂ ਉਬਰੇਗਾ ਦੱਸਣਾ ਬਣਦਾ ਕਿ ਇਸ ਅੰਦਰੂਨੀ ਕਲੇਸ਼ ਨਾਲ ਜੂਝ ਰਹੇ ਅਕਾਲੀ ਦਲ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਹਾਲਾਂਕਿ ਸਿੱਧੇ ਤੌਰ ਤੇ ਤਾਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਜਾਂ ਪ੍ਰਧਾਨਗੀ ਨਹੀਂ ਛੱਡੀ ਪਰ ਉਹਨਾਂ ਨੇ ਪਾਪ ਸੁਖਵੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਸੁਖਵੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਇੱਕ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਕੇ ਇੱਕ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਚ ਕੁਰਸੀ ਨਾਲ ਚਿੰਬੜਿਆ ਨਹੀਂ ਹੋਇਆ ਦੱਸਣਾ ਬਣਦਾ ਹੈ ਕਿ ਅੱਜ ਅਕਾਲ ਤਖਸਾਲ ਉਤੇ ਪੰਦ ਸਿੰਘ ਸਹਿਬਾਨਾ ਦੀ ਇਕੱਤਰਤਾ ਹੈ ਇਸ ਤਰ੍ਹਾਂ ਸੁਖਵੀਰ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਬਾਰੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਹੁਣ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਖੁਦ ਅਕਾਲੀ ਦਲ ਦੇ ਆਗੂ ਵੀ ਹੈਰਾਨ ਹੋਏ ਨੇ ਦੱਸਣਾ ਬਣਦਾ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਵੱਡੀ ਗਿਣਤੀ ਦੇ ਆਗੂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਕਰ ਰਹੇ ਸੀ ਅਤੇ ਫਿਰ ਉਹਨਾਂ ਨੇ ਕੁਝ ਮੰਗ ਪੱਤਰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਪੁਰਦ ਕੀਤੇ ਐ। ਇਹਦੇ ਤੋਂ ਬਾਅਦ ਬਾਗੀ ਧੜੇ ਨੇ ਅਕਾਲ ਤਖਤ ਸਾਹਿਬ ਤੇ ਇੱਕ ਮੰਗ ਪੱਤਰ ਇਹ ਵੀ ਦਿੱਤਾ ਸੀ ਕਿ ਸੁਖਬੀਰ ਬਾਦਲ ਨੇ ਬਹੁਤ ਵੱੱਡਰ ਗਲਤੀਆਂ ਕੀਤੀਆਂ ਹੋਈਆਂ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੈ। ਤੇ ਅੱਜ ਦੇਖਦੇ ਹਾਂ ਕਿ ਅਕਾਲ ਤਖਸਾਲ ਉੱਤੇ ਇਹਦਾ ਕੋਈ ਫੈਸਲਾ ਕੀਤਾ ਜਾਂਦਾ ਜਾਂ ਨਹੀਂ ਇਹਦੇ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਪਾਪ ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਅਜਿਹੇ ਵਿੱਚ ਇਹ ਵੀ ਚਰਚਾ ਛਿੜ ਗਈ ਹੈ ਕਿ ਇੱਕ ਤਰ੍ਹਾਂ ਨਾਲ ਸੁਖਬੀਰ ਵੱਲੋਂ ਪ੍ਰਧਾਨਗੀ ਤੋਂ ਲਾਂਭੇ ਹੋਣ ਲਈ ਮਨ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਹੁਣ ਇੱਕ ਪਾਸੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਤੇ ਨਾਲ ਹੀ ਵਿਵਾਦ ਸ਼ੁਰੂ ਹੋ ਗਏ ਨੇ ਬਲਵਿੰਦਰ ਸਿੰਘ ਭੂੰਦੜੂ ਨੂੰ ਲੈ ਕੇ ਇਹ ਜਿਹੜਾ ਨਵਾਂ ਵਿਵਾਦ ਸ਼ੁਰੂ ਹੋਇਆ ਹੈ ਉਹ ਮਾਨਸਾ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਆਗੂ ਸੁਖਵਿੰਦਰ ਸਿੰਘ ਔਲਖ ਨੇ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਮਾਰਚ 2014 ਚ ਭੂੰਦੜ ਦੇ ਘਰ ਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਵੱਡੇ ਆਗੂਆਂ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਕਿ ਉਸ ਵੇਲੇ ਸਾਰੇ ਅਖਬਾਰਾਂ ਦੇ ਵਿੱਚ ਇਹ ਖਬਰ ਵੀ ਲੱਗੀ ਸੀ ਕਿ ਕਿਸੇ ਵੱਡੇ ਅਕਾਲੀ ਆਗੂ ਦੇ ਘਰ ਡੇਰੇ ਦੀ ਮੀਟਿੰਗ ਉਦੇ ਤੋਂ ਬਾਅਦ ਉਂਗਲਾ ਬਲਵਿੰਦਰ ਸਿੰਘ ਭੂੰਦੜ ਤੇ ਉਠੀਆਂ ਸੀ ਉਹ ਕਹਿੰਦੇ ਹਾਲਾਂਕਿ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਪਰ ਹਾਂ ਭੂੰਦੜ ਨੂੰ ਇਹਦਾ ਆਪ ਹੁਣ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਮਾਰਸਾ ਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਜਿਸ ਵੇਲੇ ਇਹ ਖਬਰ ਸਾਹਮਣੇ ਆਈ ਸੀ ਕਿ ਸੌਦਾ ਸਾਧ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨੂੰ ਲੈ ਕੇ ਹੁਕਮਨਾਮਾ ਜਾਰੀ ਕੀਤਾ ਜਾ ਚੁੱਕਿਆ ਸੀ ਆਲਖ ਨੇ ਇਹ ਵੀ ਕਿਹਾ ਕਿ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਭੂੰਦੜ ਨੂੰ ਇਹ ਸਪਸ਼ਟੀਕਰਨ ਦੇਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਜੇਕਰ ਅਝਿਹਾ ਹੈ ਤਾਂ ਭੁੰਦੜ ਅਤੇ ਸੁਖਵੀਰ ਬਾਦਲ ਤੇ ਲੱਗੇ ਇਲਜ਼ਾਮਾਂ ਦੇ ਵਿੱਚ ਫਿਰ ਫਰਕ ਕੀ ਰਿਹਾ ਇਹਦੇ ਨਾਲ ਹੀ ਆਲਖ ਨੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਐ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਪਾਰਟੀ ਦੇ ਵਿੱਚ ਤਾਂ ਕੋਈ ਨਿਜਮੇ ਨਹੀਂ ਐ ਉਹਨਾਂ ਕਿਹਾ ਕਿ ਪਾਰਟੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਨਾਂ ਹਾਲਾਤਾਂ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਣਾਇਆ ਜਾਂਦਾ ਹੈ ਨਾ ਉਹ ਬਿਮਾਰ ਹੋਈ ਨੇ ਨਾ ਉਹ ਵਿਦੇਸ਼ ਤੇ ਦੌਰੇ ਤੇ ਗਈ ਨੀ ਤੇ ਨਾ ਉਹਨਾਂ ਨੂੰ ਕੋਈ ਜੇਲ੍ਹ ਦੀ سزا ਹੋਈ ਹੈ ਫਿਰ ਕਾਰਜਕਾਰੀ ਪ੍ਰਧਾਨ ਕਿਉਂ ਤੇ ਹੁਣ ਗੱਲ ਕਰਦੇ ਆ ਚੰਨੀ ਤੇ ਵੜਿੰਗ ਦਾ ਸੁਪਨਾ ਟੁੱਟ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਅਗਲੀਆਂ ਵਿਧਾਨ ਸਭਾ ਚੋਣਾਂ 2027 ਚ ਹੋਣਗੀਆਂ ਪਰ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਜਿਹੜੇ ਲੁਧਿਆਣਾ ਤੋਂ ਇਸ ਵਕਤ ਸੰਸਦ ਮੈਂਬਰ ਨੇ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਚਰਜੀ ਸਿੰਘ ਚੰਨੀ ਵਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਸੰਸਦ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਮੁੱਖ ਮੰਤਰੀ ਦੀ ਦੌੜ 'ਚ ਸ਼ਾਮਲ ਹੈ ਪਰ ਹਰ ਇੱਕ ਨੂੰ ਇਹ ਕੁਰਸੀ ਨਸੀਬ ਨਹੀਂ ਹੁੰਦੀ ਸਿਆਸਤ ਵਿੱਚ ਮੈਂ ਇਹ ਵੀ ਆਖ ਸਕਦਾ ਕਿ ਕੋਈ ਵੀ ਫੈਸਲਾ ਭਾਵੇਂ ਸਥਾਈ ਨਹੀਂ ਹੁੰਦਾ ਪਰ ਜੇਕਰ ਹਰਿਆਣਾ ਵਿਧਾਨ ਸਭਾ ਦੇ ਬਾਰੇ ਕਾਂਗਰਸ ਦੇ ਵੱਲੋਂ ਲਿਆ ਗਿਆ ਫੈਸਲਾ ਮਿਸਾਲ ਬਣ ਗਿਆ ਜੇ ਇਹੀ ਪੰਜਾਬ ਦੇ ਵਿੱਚ ਵੀ ਫੈਸਲਾ ਲਾਗੂ ਕਰ ਦਿੱਤਾ ਗਿਆ ਪਾ ਪੰਜਾਬ ਦੇ ਤਿੰਨ ਸੰਸਦ ਮੁੱਖ ਮੰਤਰੀ ਅਹੁਦੇ ਦੀ ਦੌੜ ਦੇ ਵਿੱਚੋਂ ਸਿੱਧੇ-ਸਿੱਧੇ ਬਾਹਰ ਹੋ ਜਾਣਗੇ। ਹਰਿਆਣਾ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸੰਸਦ ਮੈਂਬਰ ਨੂੰ ਟਿਕਟ ਨਹੀਂ ਦੇਣਗੇ। ਪੰਜਾਬ ਦੇ ਵਿੱਚ ਆਮ ਤੌਰ ਤੇ ਹੁਣ ਤੱਕ ਕਾਂਗਰਸ ਲੋਕ ਸਭਾ ਚੋਣਾਂ ਲੜਨ ਲਈ ਵਿਧਾਇਕਾਂ ਨੂੰ ਮੈਦਾਨ ਵਿੱਚ ਉਤਾਰਦੀ ਰਹੀ ਹੈ। ਇਸੇ ਲੜੀ ਤਹਿਤ ਕਾਂਗਰਸ ਨੇ ਰਾਜਾ ਵੜਿੰਗ ਅਤੇ ਸੁਖੀ ਰੰਧਾਵਾ ਨੂੰ ਚੋਣ ਲੜਾਈ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦਾ ਮਨੋਬਲ ਟੁੱਟ ਗਿਆ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ 7 ਹਲਕਿਆਂ ਤੋਂ ਜਿੱਤ ਦਰਜ ਕਰਨ ਬਾਅਦ ਕਾਂਗਰਸ ਨੂੰ ਲੱਗਦਾ ਹੈ ਕਿ ਅਗਲੀ ਸਰਕਾਰ ਉਹਨਾਂ ਦੀ ਹੋਵੇਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਦੀ ਸੀ ਜਿਹੜੀ ਉਹ ਖੁੱਲ੍ਹ ਕੇ ਸਾਹਮਣੇ ਆ ਰਹੀ ਸੀ ਇਸ ਦੌੜ ਦੇ ਵਿੱਚ ਰਾਜਾ ਵੜਿੰਗ ਅਤੇ ਬਾਜਵਾ ਦੇ ਵਿਚਕਾਰ ਲਗਾਤਾਰ ਤਕਰਾਰ ਵੀ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਜਦੋਂ ਵੜਿੰਗ ਕੋਲ ਪੂਰੇ ਸੂਬੇ ਦੀ ਕਮਾਂਡ ਸੀ ਤਾਂ ਬਾਜਵਾ ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਨੂੰ ਘਰ ਵਾਪਸੀ ਲਿਆ ਰਿਹਾ ਸੀ ਅਤੇ ਆਪਣੀ ਤਾਕਤ ਦਿਖਾ ਰਿਹਾ ਸੀ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਸੀ ਵੜਿੰਗ ਦੀ ਸਹਿਮਤੀ ਤੋਂ ਬਿਨਾਂ ਹੀ ਬਾਜਵਾ ਨੇ ਭਾਜਪਾ ਦੇ ਆਗੂਆਂ ਜਿਨ੍ਹਾਂ ਵਿੱਚ ਡਾਕਟਰ ਰਾਜਕੁਮਾਰ ਵੀਰਕਾ ਬਲਵੀਰ ਸਿੱਧੂ ਗੁਰਪ੍ਰੀਤ ਕਾਂਗੜ ਤੇ ਕਈ ਹੋਰ ਦਿੱਲੀ ਚ ਲੈ ਜਾ ਕੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਬੇਣੂ ਗੋਪਾਲ ਦੀ ਹਾਜ਼ਰੀ ਚ ਕਾਂਗਰਸ ਵਿੱਚ ਮੁੜ ਸ਼ਾਮਲ ਕਰਵਾ ਲੈ ਸਨ ਇਸੇ ਤਰ੍ਹਾਂ ਹਾਲ ਹੀ ਦੇ ਵਿੱਚ ਬਾਦਵਾ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਨੂੰ ਵੀ ਕਾਂਗਰਸ ਪਾਰਟੀ 'ਚ ਦਿੱਲੀ ਲੈ ਜਾ ਕੇ ਸ਼ਾਮਲ ਕਰਵਾਇਆ ਹੈ। अरोड़ा ਦੀ ਜੁਆਇਨਿੰਗ ਵੀ ਉਹਨਾਂ ਨੇ ਪੰਜਾਬ 'ਚ ਨਹੀਂ ਦਿੱਲੀ ਚ ਲੈ ਜਾ ਕੇ ਕਰਵਾਈ ਹੈ। ਜਦਕਿ ਜ਼ਿਲ੍ਹਾ ਪ੍ਰਧਾਨ ਰਾਜਾ ਵੜਿੰਗ ਤੇ ਦਬਾਅ ਪਾ ਰਹੇ ਸੀ ਕਿ ਪਾਰਟੀ 'ਚੋਂ ਗਏ ਪਾਰਟੀ ਨੂੰ ਛੱਡ ਚੁੱਕੇ ਆਗੂ ਨੂੰ ਵਾਪਸ ਨਾ ਲਿਆ ਜਾਵੇ। ਹਰਿਆਣਾ 'ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚੋ-ਤਾਣ ਦੇ ਦਰਮਿਆਨ ਕਾਂਗਰਸ ਦੇ ਵੱਲੋਂ ਲਿਆ ਗਿਆ ਇਹ ਫੈਸਲਾ ਸੰਸਦ ਦੇ ਮੈਂਬਰਾਂ ਵਾਸਤੇ ਇੱਕ ਵੱਡਾ ਝਟਕਾ ਹੈ ਕਿਉਂਕਿ ਜੇਕਰ ਇਹ ਫੈਸਲਾ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਤਾਂ ਰਾਜਾ ਵੜਿੰਗ ਚਰਨਜੀਤ ਚੰਨੀ ਸੁਖੀ ਰੰਦਾਵਾ ਮੁੱਖ ਮੰਤਰੀ ਦੇ ਔਦਰੀ ਦੌੜ ਦੇ ਵਿੱਚੋਂ ਬਾਹਰ ਹੋ ਸਕਦੇ ਐ ਹੁਣ ਗੱਲ ਕਰਦੇ ਆਂ ਕੰਗਣਾ ਤੇ ਦੂਸਰੇ ਪਾਸੇ ਸਿਮਰਨਜੀਤ ਮਾਨ ਦਾ ਬਿਆਨ ਲੱਗਦਾ ਹੈ ਕਿ ਮਾਨ ਦੇ ਜੜੀ ਬੈਠੂਗਾ ਇਹ ਬਿਆਨ ਸਿਮਰਨਜੀਤ ਸਿੰਘ ਮਾਨ ਜਿਹੜੇ ਸਾਬਕਾ ਸੰਸਦ ਨੇ ਉਹਨਾਂ ਦੇ ਵੱਲੋਂ ਕੰਗਣਾ ਰਣੌਤ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਐਕਟਿਵ ਹੋ ਗਿਆ ਹੈ ਕਮਿਸ਼ਨ ਨੇ 5 ਦਿਨਾਂ ਦੇ ਅੰਦਰ ਅੰਦਰ ਸਿਮਰਨਜੀਤ ਮਾਨ ਨੂੰ ਜਨਤਕ ਮੁਆਫੀ ਮੰਗਣ ਅਤੇ ਸਪਸ਼ਟੀਕਰਨ ਦੇਣ ਦੀ ਮੰਗ ਕਰ ਦਿੱਤੀ ਹੈ ਸਿਮਰਨਜੀਤ ਮਾਨ ਨੂੰ ਭੇਜੇਗਾ ਨੋਟਿਸ ਵਿੱਚ ਕਿਹਾ ਗਿਆ ਕਿ ਹਰਿਆਣਾ ਸੂਬਾ ਮਹਿਲਾ ਕਮਿਸ਼ਨ ਦੇ ਹੁਕਮਾ ਮੁਤਾਬਕ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਵੱਖ-ਵੱਖ ਨਿਊਜ਼ ਚੈਨਲਾਂ ਤੇ ਚੱਲੀਆਂ ਖਬਰਾਂ ਦਾ ਅਸੀਂ ਨੋਟਿਸ ਲਿਆ ਹੈ ਅਤੇ ਨੋਟਿਸ ਲੈਂਦੇ ਹੋਏ ਇੱਕ ਮਹਿਲਾ ਦੇ ਅਕਸ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਤੁਹਾਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਤੁਸੀਂ 5 ਦਿਨਾਂ ਦੇ ਅੰਦਰ ਅੰਦਰ ਜਨਤਕ ਤੌਰ ਤੇ ਮੁਆਫੀ ਮੰਗੋ ਅਤੇ ਕਮਿਸ਼ਨ ਨੂੰ ਸਪਸ਼ਟੀ ਕਰਨ ਵੀ ਦਿਓ ਕੰਗੜਾ ਦੇ ਰੇਪ ਵਾਲੇ ਵਿਵਾਦਿਤ ਬਿਆਨ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਨੇ ਹੁਣ ਆਪਣੀ ਸਫਾਈ ਵੀ ਦਿੱਤੀ ਹੈ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ 'ਚ ਲਿਖਿਆ ਹੈ ਕਿ ਮੈਂ ਅਤੇ ਮੇਰੀ ਪਾਰਟੀ ਔਰਤਾਂ ਦੀ ਸੁਰੱਖਿਆ ਦੇ ਲਈ ਖੜੇ ਹਾਂ ਅਰੇਪ ਇੱਕ سنگੀਰ ਜ਼ੁਰਮ ਹੈ ਜਿਸ ਤਾ ਝੂਠਾ ਇਲਜ਼ਾਮ ਲਗਾ ਕੇ ਮੰਡੀ ਤੋਂ ਭਾਜਪਾ ਦੀ ਸੰਸਦ ਨੇ ਸਾਡੇ ਕਿਸਾਨਾਂ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਖਿਲਾਫ ਗਲਤ ਜਾਣਕਾਰੀ ਫੈਲਾ ਕੇ ਕਿਸੇ ਨਾ ਕਿਸੇ ਤਰ੍ਹਾਂ ਸੁਰੱਖਿਅਾਂ ਵਿੱਚ ਰਹਿਣ ਅਤੇ ਸੁਰੱਖਿਆ ਲੈਣ ਦੀ ਕੋਸ਼ਿਸ਼ ਵਿੱਚ ਹੈ ਭਾਰਤ ਵਿੱਚ ਔਰਤਾਂ ਖਿਲਾਫ ਅਪਰਾਧ ਬਾਰੇ ਕੰਗਣਾ ਦੀ ਚਿੰਤਾ ਕੁਝ ਅਜਹੀ ਹੈ ਜਿਸ ਬਾਰੇ ਉਹਨੂੰ ਆਪਣੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨੇ ਚਾਹੀਦੇ ਨੇ ਅੱਜ ਭਾਰਤ ਦੇ ਵਿੱਚ ਸਾਡੀਆਂ ਔਰਤਾਂ ਦੀ ਸਮਾਨਤਾ ਤੇ ਸੁਰੱਖਿਆ ਦੇ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਗਿਆ ਹੈ ਕੰਗਣਾ ਦੇ ਕਿਸਾਨਾਂ ਤੇ ਦਿੱਤੇ ਵਿਆਹ ਦੇ ਬਾਰੇ ਜਦੋਂ ਸਿਵਰਨਜੀਤ ਮਾਨ ਤੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਤੁਸੀਂ ਮੈਨੂੰ ਕੰਗਣਾ ਦੇ ਰੇਪ ਬਾਰੇ ਪੁੱਛ ਰਹੇ ਹੋ ਕਿ ਉਹਨਾਂ ਨੂੰ ਕਾਫੀ ਤਜਰਬਾ ਹੈ ਜਿਵੇਂ ਕੋਈ ਸਾਈਕਲ ਚਲਾਉਂਦਾ ਤਾਂ ਉਸੇ ਤਰ੍ਹਾਂ ਉਹਨੂੰ ਵੀ ਪਤਾ ਹੈ ਜਿਵੇਂ ਸਾਈਕਲ ਚਲਾਉਣ ਵਾਲੇ ਨੂੰ ਪਤਾ ਹੁੰਦਾ ਹੈ ਉਹਨੂੰ ਵੀ ਫਿਰ ਰੇਪ ਦਾ ਤਜਰਬਾ ਹੋਣਾ ਹੈ ਇਹਦੇ ਤੋਂ ਬਾਅਦ ਕੰਗਣਾ ਰਣੌਤ ਨੇ ਸਿਮਰਜੀਤ ਮਾਨ ਨੂੰ ਵੀ ਕਰਾਰਾ ਅਤੇ ਮੋੜਵਾ ਜਵਾਬ ਦਿੱਤਾ ਹੈ ਕੰਗਣਾ ਨੇ ਆਖਿਆ ਕਿ ਇੱਕ ਅਦਾਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਤਾਣ ਲਈਆਂ ਨੇ ਮੇਰੇ ਮੱਥੇ ਤੇ ਰੱਖ ਦਿੱਤੀਆਂ ਨੇ ਮੈਂ ਇਹਨਾਂ ਤੋਂ ਡਰਨ ਵਾਲੀ ਨਹੀਂ ਹਾਂ ਹੁਣ ਮੈਨੂੰ ਰੇਪ ਦੀਆਂ ਧਮਕੀਆਂ ਵੀ ਆ ਰਹੀਆਂ ਨੇ ਉਹ ਆਖ ਰਹੇ ਹੈ ਕਿ ਕੰਗਣਾ ਰਣੌਤ ਨੂੰ ਰੇਪ ਦਾ ਕਾਫੀ ਤਜਰਬਾ ਹੈ ਅਤੇ ਉਸ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ ਕੰਗਣਾ ਨੇ ਕਿਹਾ ਕਿ ਇਸ ਤਰ੍ਹਾਂ ਉਹ ਮੇਰੀ ਆਵਾਜ਼ ਨੂੰ ਦਬਾ ਵੀ ਸਕਦੇ ਹਾਲ ਹੀ ਦੇ ਵਿੱਚ ਕੰਗਣਾ ਨੇ ਇੱਕ ਟਵੀਟ ਰਾਹੀਂ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਖਿਆ ਜਿਸ ਦੇ ਵਿੱਚ ਉਹ ਲਿਖਦੀ ਹੈ ਕਿ ਅਝਾ ਲੱਗਦਾ ਹੈ ਕਿ ਇਹ ਦੇਸ਼ ਕਦੀ ਵੀ ਬਲਾਤਕਾਰ ਨੂੰ ਮਾਮੂਲੀ ਬਣਾਉਣਾ ਬੰਦ ਨਹੀਂ ਕਰੇਗਾ ਅੱਜ ਇਸ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਦੀ ਸਵਾਰੀ ਨਾਲ ਕਰ ਦਿੱਤੀ ਹੈ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਜ਼ਾਕ ਲਈ ਔਰਤਾਂ ਵਿਰੁੱਧ ਬਲਾਤਕਾਰ ਅਤੇ ਹਿੰਸਾ ਇਸ ਮਰਦ ਪ੍ਰਧਾਨ ਰਾਸ਼ਟਰ ਦੀ ਮਾਨਸਿਕਤਾ ਦੇ ਵਿੱਚ ਇੰਨੀ ਡੂੰਘਾਈ ਨਾਲ ਚਲੀ ਗਈ ਹੈ ਜੜਾਂ ਚ ਚਲੀ ਗਈ ਹੈ ਕਿ ਇਸ ਦੀ ਵਰਤੋਂ ਔਰਤਾਂ ਨੂੰ ਛੇੜਨ ਜਾਂ ਮਜ਼ਾਕ ਅਡਾਉਣ ਲਈ ਕੀਤੀ ਜਾਂਦੀ ਹੈ ਭਾਵੇਂ ਉਹ ਕੋਈ ਉੱਚ ਪਦਰੀ ਸ਼ਖਸੀਅਤ ਹੋਵੇ ਫਿਲਮੀ ਨਿਰਮਾਤਾ ਜਾਂ ਫਿਰ ਸਿਆਸਤਦਾਨ ਹੀ ਕਿਉਂ ਨਾ ਹੋਵੇ ਤੇ ਹੁਣ ਗੱਲ ਕਰਦੇ ਹਾਂ ਕਾਂਗਰਸੀ ਆਗੂ ਰਾਣਾ ਗੁਰਜੀਤ ਦੀ ਉਹਨਾਂ ਨੂੰ ਵੱਡਾ ਤੇ ਕਰਾਰਾ ਝਟਕਾ ਪਰਿਵਾਰ ਸਮੇਤ ਮਿਲਿਆ ਹੈ ਕਪੂਰਥਲਾ ਤੋਂ ਵਿਧਾਇਕ ਨੇ ਰਾਣਾ ਗੁਰਜੀਤ ਰਾਣਾ ਗੁਰਜੀਤ ਨੂੰ ਉਹਨਾਂ ਦੇ ਪਰਿਵਾਰ ਨੂੰ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਜਿਸ ਨੂੰ ਸੇਬੀ ਆਖਿਆ ਜਾਂਦਾ ਹੈ ਸੇਬੀ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਜਿਸ ਨਾਲ ਰਾਣਾ ਪਰਿਵਾਰ ਦੀ ਰਾਣਾ 슈ਗਰ ਲਿਮਟਿਡ ਪਾਵ ਆਰਐਸਐਲ ਦੀਆਂ ਕਾਫੀ ਮੁਸ਼ਕਲਾਂ ਆਤ ਗਈਆਂ ਨੇ ਸੇਬੀ ਨੇ ਆਰਐਸਐਲ ਦੇ ਡਾਇਰੈਕਟਰ ਸੁਵੇਤ ਪੰਜ ਫਰਮਾਂ ਤੇ 2 ਸਾਲਾਂ ਲਈ ਪਾਬੰਦੀ ਲਾ ਦਿੱਤੀ ਹੈ ਤੇ ਉਧਰ ਆਰਐਸਐਲ ਸਮੇਤ 6 ਫਰਮਾਂ ਚੇਅਰਮੈਨ ਐਮਡੀ ਡਾਇਰੈਕਟਰ ਅਤੇ ਪ੍ਰਮੋਟਰ ਰਾਣਾ ਪਰਿਵਾਰ ਦੇ ਮੈਂਬਰਾਂ ਤੇ ਕੁੱਲ 63 ਕਰੋੜ ਰੁਪਏ ਦਾ ਜੁਰਮਾਨਾ ਵੀ ਠੋਕ ਦਿੱਤਾ ਗਿਆ ਹੈ। SEBI ਦੇ MD ਵੱਲੋਂ ਜਾਰੀ ਹੁਕਮਾਂ ਵਿੱਚ 45 ਦਿਨਾਂ ਦੇ ਅੰਦਰ-ਅੰਦਰ ਆਨਲਾਈਨ ਭੁਗਤਾਨ ਕਰਦੇ ਹੁਕਮ ਦਿੱਤੇ ਗਏ ਹੈ। ਇਹਦੇ ਨਾਲ ਹੀ ਰਾਣਾ 슈ਗਰ ਲਿਮਟਿਡ ਦੀਆਂ ਪੰਜ ਫਰਮਾਂ ਨੂੰ 15 ਕਰੋੜ ਰੁਪਏ ਜੁਰਮਾਨੇ ਦੀ ਰਕਮ 60 ਦਿਨ ਦੇ ਅੰਦਰ-ਅੰਦਰ ਰਿਕਵਰ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹੈ। SEBI ਦੇ ਵੱਲੋਂ 27 ਅਗਸਤ ਨੂੰ ਇੱਕ ਫਾਈਨਲ ਆਰਡਰ ਜਾਰੀ ਕੀਤਾ ਗਿਆ ਹੈ। ਜਿਸ ਦੇ ਵਿੱਚ ਰਾਣਾ ਸ਼ੂਗਰ ਲਿਮਿਟਡ ਦੇ ਪ੍ਰਮੋਟਰਸ ਦੇ ਨਾਲ ਸੰਬੰਧਤ ਆਰਐਸਐਲ ਤੋਂ ਫੰਡ ਡਾਇਵਰਟ ਆਰਐਸਐਲ ਦੇ ਵਿੱਤੀ ਕੰਮਾਂ ਵਿੱਚ ਗਲਤ ਬਿਆਨਾ ਸਬੰਧਤ ਕਈ ਕਾਰਵਾਈਆਂ ਦੇ ਇਲਜ਼ਾਮ ਲਾਏ ਗਏ ਹੈ। ਇਹਦੀ ਜਾਂਚ ਵਿੱਤੀ ਸਾਲ 2014-15 ਤੋਂ 2020-21 ਤੱਕ ਮੰਨੀ ਗਈ ਹੈ। ਸੇਬੀ ਦੀ ਜਾਂਚ ਵਿੱਚ ਇਲਜ਼ਾਮ ਲਗਾਏ ਗਏ ਹੈ ਕਿ ਕੰਪਨੀ ਆਪਣੇ ਐਮਡੀ ਚੇਅਰਮੈਨ ਅਤੇ ਪਰਿਵਾਰ ਤੇ ਹੋਰ ਮੈਂਬਰਾਂ ਸਬੰਧਤ ਪ੍ਰਮੋਟਰ ਡਾਇਰెక్టర్ਾਂ ਦੇ ਨਾਲ ਮਿਲ ਕੇ ਰਾਣਾ 슈ਗਰ ਲਿਮਟਿਡ ਦੇ ਐਮ ਡੀ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਅਸਿੱਧੇ ਤੌਰ ਤੇ ਕੰਟਰੋਲ ਕੀਤੀਆਂ ਜਾ ਰਹੀਆਂ ਕੁਝ ਨਿੱਜੀ ਕੰਪਨੀਆਂ ਦੀ ਵਰਤੋਂ ਕਰਕੇ ਕੰਪਨੀ ਦੀ ਕਮਾਈ ਨੂੰ ਡਾਇਵਰਟ ਕਰ ਲਈ ਤਿਆਰ ਕੀਤੀਆਂ ਗਈਆਂ ਸੀ ਇਹਦੇ ਤੇ ਸੇਬੀ ਨੇ ਰਾਣਾ 슈ਗਰ ਲਿਮਟਿਡ ਦੇ ਐਮ ਡੀ ਅਤੇ ਪ੍ਰਮੋਟਰ ਇੰਦਰ ਪ੍ਰਤਾਪ ਰਾਣਾ ਚੇਅਰਮੈਨ ਰਣਜੀਤ ਸਿੰਘ ਰਾਣਾ ਡਾਇਰੈਕਟਰ ਵੀਰ ਪ੍ਰਤਾਪ ਸਿੰਘ ਗੁਰਜੀਤ ਰਾਣਾ ਕਰਨ ਪ੍ਰਤਾਪ ਸਿੰਘ ਰਾਣਾ ਰਾਜਵੰਸ਼ ਕੌਰ ਰਾਣਾ ਪ੍ਰੀਤ ਇੰਦਰ ਸਿੰਘ ਰਾਣਾ ਸੁਖਜਿੰਦਰ ਕੌਰ ਮਨੋਜ ਗੁਪਤਾ ਅਤੇ ਪੰਜ ਫਰਮਾ ਉਹਨਾਂ ਦੇ ਉੱਤੇ ਇਹ ਕਾਰਵਾਈ ਪਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਦੇ ਉੱਤੇ ਨਾਲੋਂ ਨਾਲ ਰੋਕ ਅਤੇ ਜੁਰਮਾਨਾ ਠੋਕਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚੋਂ ਇੱਕ ਬਹੁਤ ਮੰਦਭਾਗੀ ਖਬਰ ਮਿਲੀ ਸੀ ਇੱਕ ਬਾਪ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਤਾਂ ਤੁਸੀਂ ਸੁਣਿਆ ਹੋਣਾ ਹੈ ਪਰ ਆਪਣੀ ਧੀ ਦੀ ਇੱਜ਼ਤ ਲੁੱਟੇ ਇਹ ਗੱਲ ਜੱਗੋਂ ਤੇਰਮੀ ਹੈ ਇਹਦੇ ਉੱਤੇ ਅੰਮ੍ਰਿਤਸਰ ਦੀ ਪੋਸਕੋ ਫਾਸਟ ਟਰੈਕ ਅਦਾਲਤ ਨੇ ਆਪਣੀ ਹੀ 6 ਵਰਿਆਂ ਦੀ ਬਾਲੜੀ ਨਾਲ ਜ਼ਬਰਦਸਤ ਕਰਕੇ ਉਸਤਾ ਬੁਰੇ ਤਰੀਕੇ ਨਾਲ ਕਤਲ ਕਰਦੇ ਇੱਕ ਮਾਮਲੇ 'ਚ ਦੋਸ਼ੀ ਬਾਪ ਨੂੰ 1.5 ਲੱਖ ਰੁਪਏ ਜੁਰਮਾਨਾ ਅਤੇ ਫਾਂਸੀ ਦੀ ਸਖਤ ਸਜ਼ਾ ਸੁਣਾ ਦਿੱਤੀ ਹੈ। ਪੋਸਟੋ ਫਾਸਟ ਟਰੈਕ ਅਦਾਲਤ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਤ੍ਰਿਪਤ ਜੋਤ ਕੌਰ ਨੇ ਬਾਬਾ ਬਕਾਲਾ ਦੇ ਪਿੰਡ ਲੱਖੂਵਾਲ ਦੇ ਰਹਿਣ ਵਾਲੇ 36 ਵਰਿਆਂ ਦੇ ਪ੍ਰਤਾਪ ਸਿੰਘ ਨੂੰ ਆਪਣੀ ਹੀ 6 ਵਰਿਆਂ ਦੀ ਧੀ ਦੇ ਨਾਲ 4 ਅਤੇ 5 ਜਨਵਰੀ ਦੀ ਦਰਮਿਆਨੀ ਰਾਤ ਸਾਲ 2020 ਜੀ ਹਾ 2020 ਦੀ 4 ਅਤੇ 5 ਜਨਵਰੀ ਦੀ ਦਰਮਿਆਨੀ ਰਾਤ ਨੂੰ ਇਸ ਘਿਣਾਉਣੇ ਅਪਰਾਧ ਵਾਸਤੇ ਧਾਰਾ 302 ਅਤੇ ਪੋਸਟ ਕੋ ਐਕਟ ਦੀ ਧਾਰਾ 6 ਦੇ ਅਧੀਨ ਦਰਜ ਮੁਕਾਦਮੇ ਦੀ ਸੁਣਵਾਈ ਦੇ ਦੌਰਾਨ ਬਚਾਅ ਪੱਖ ਦੇ ਵਕੀਲ ਅਮਨਦੀਪ ਸਿੰਘ ਬਾਜਵਾ ਦੇ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤੀ ਨਹੀਂ ਪ੍ਰਗਟਾਈ ਗਈ। ਅਤੇ ਧਾਰਾ 302 ਦੇ ਹ ਤ ਫਾਂਸੀ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਪੋਸਟ ਕੋ ਐਕਟ ਦੀ ਧਾਰਾ 6 ਦੇ ਤਹਿਤ ਤਾ ਉਮਰ ਲਈ ਉਮਰ ਕੈਦ ਤੇ 50000 ਰੁਪਏ ਜ਼ੁਰਮਾਨੇ ਦੀ ਸਖਤ ਸਜ਼ਾ ਸੁਣਾਈ ਗਈ ਹੈ ਦੱਸਿਆ ਗਿਆ ਕਿ ਇਹ ਦੋਵੇਂ ਸਜ਼ਾਵਾਂ ਨਾਲੋ ਨਾਲ ਚਲਣਗੀਆਂ ਦੋਸ਼ੀ ਦੀ ਪਤਨੀ ਪਰਿਵਾਰਕ ਝਗੜੇ ਤੋਂ ਬਾਅਦ ਉਹ ਤੋਂ ਆਪਣੇ ਬੱਚਿਆਂ ਸੁਵਿਧ ਤੱਕ ਰਹਿੰਦੀ ਸੀ ਅਤੇ ਇਹ ਦੋਸ਼ੀ ਸਮੇਂ-ਸਮੇਂ ਤੇ ਆਪਣੀ ਧੀ ਨੂੰ ਆਪਣੇ ਨਾਲ ਲਿਆਉਂਦਾ ਸੀ ਵਾਰਦਾਤ ਵਾਲੇ ਦਿਨ 4 ਜਨਵਰੀ ਦੀ ਸ਼ਾਮ ਨੂੰ ਉਹ ਆਪਣੀ ਬੱਚੀ ਨੂੰ ਆਪਣੇ ਘਰ ਲਿਆ ਆ ਪਰ ਵਾਪਸ ਛੱਡਣ ਨਾ ਗਿਆ ਉਹਨੇ ਜੰਗਲੀ ਇਲਾਕੇ ਵਿੱਚ ਨੰਨੀ ਬੱਚੀ ਜਿਸ ਦੀ ਉਮਰ ਸਿਰਫ 6 ਵਰੇ ਸੀ ਉਸ ਨਾਲ ਜ਼ਬਰਦਸਤ ਕੀਤਾ ਤੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਆਪਣੀ ਬੱਚੀ ਦੀ লাশ ਦਰਖਤ ਨਾਲ ਲਟਕਾ ਦਿੱਤੀ ਉਹ ਨਸ਼ੇ ਦੀ ਹਾਲਤ ਵਿੱਚ ਉਸ লাশ ਦੇ ਨੇੜੇ ਘੁੰਮਦਾ ਰਿਹਾ ਉਹਨੇ ਫਿਰ ਇਸ ਵਾਰਦਾਤ ਦੇ ਬਾਰੇ ਆਪਣੀ ਪਤਨੀ ਨੂੰ ਖੁਦ ਹੀ ਸੂਚਿਤ ਕੀਤਾ ਕਿ ਉਹਨੇ ਬੱਚੀ ਨੂੰ ਮਾਰ ਦਿੱਤਾ ਇਸ ਸੰਬੰਧੀ ਥਾਣਾ ਖਲਕੀਆਂ ਚ ਦੋਸ਼ੀ ਦੀ ਪਤਨੀ ਰਮਨਜੀਤ ਕੌਰ ਦੀ ਸ਼ਿਕਾਇਤ ਤੇ 5 ਜਨਵਰੀ 2020 ਨੂੰ ਫਿਰ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਹੁਣ ਦੋਸ਼ੀ ਬਾਪ ਨੂੰ ਸਖਤ ਸਜ਼ਾ ਸੁਣਾ ਦਿੱਤੀ ਗਈ ਹੈ ਅੱਜਕ ਖਬਰ ਪ੍ਰੋਗਰਾਮ ਪੰਜਾਬ ਬੋਲ ਦਾ ਚ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਕਿ ਗੁਰਦਾਸਪੁਰ ਚ ਬੀਤੀ ਦੇਰ ਰਾਤ 8:10 ਵਜੇ ਦੇ ਕਰੀਬ ਕਾਂਗਰਸੀ ਕਾਉਂਸਲਰ ਸੁਨੀਤਾ ਮਹਾਜਨ ਅਤੇ ਉਹਨਾਂ ਦੇ ਪੁੱਤਰ ਕਾਂਗਰਸ ਦੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਨੁਕਲ ਮਹਾਜਨ ਦੇ ਘਰ ਦੇ ਬਾਹਰ ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਇਸ ਮਾਮਲੇ ਚ ਪੁਲਿਸ ਨੇ 3 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਦਰਦ ਮਾਮਲੇ ਵਿੱਚ ਗੁਰਦਾਸਪੁਰ ਦਾ ਇੱਕ ਮਸ਼ਹੂਰ ਪ੍ਰਾਪਰਟੀ ਡੀਲਰ ਲਾਪਰੀਤ ਸਿੰਘ ਲਵੀ ਅਤੇ ਉਸ ਦੀ ਪਤਨੀ ਵੀ ਸ਼ਾਮਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਨਕਲ ਮਹਾਜ ਨੇ ਦੱਸਿਆ ਕਿ ਉਸਤੇ ਜ਼ਿਲ੍ਹਾ ਪ੍ਰਧਾਨ ਜੂਥ ਕਾਂਗਰਸ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਪਾੜਾ ਦੇ ਨਾਲ ਪਰਿਵਾਰਕ ਸਬੰਧ ਨੇ ਅਤੇ ਗੂੜੀ ਮਿੱਤਰਤਾ ਹੋਣ ਕਾਰਨ ਲਾਪਰੀਤ ਸਿੰਘ ਉਰਫ ਲਵੀ ਪਿੰਡ ਸੈਨਪੁਰ ਦੇ ਵੱਲੋਂ 15 ਮਾਰਚ 2022 ਦੀ ਰਾਤ ਤਕਰੀਬਨ 1:10 ਵਜੇ WhatsApp ਦੇ ਰਾਹੀਂ ਫਰੋਤੀ ਮੰਗੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਜਿਸ ਤੇ ਸਬੰਧ ਵਿੱਚ ਥਾਣਾ ਸਿਟੀ ਗੁਰਦਾਸਪੁਰ ਚ 17 ਮਾਰਚ ਤੇ 2022 ਨੂੰ ਇੱਕ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਲਾਪ੍ਰੀਤ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਬਲਜੀਤ ਪਾੜਾ ਪਰਦਾਨ ਜ਼ਿਲ੍ਹਾ ਜੂਥ ਕਾਂਗਰਸ ਅਤੇ ਉਸ ਨਾਲ ਤੈਨੂੰ ਵੀ ਗੋਲੀਆਂ ਮਾਰਾਂਗੇ ਲਾਪ੍ਰੀਤ ਉਰਫ ਲਵੀ ਦੇ ਖਿਲਾਫ ਕਾਫੀ ਮੁਕੱਦਮੇ ਪਹਿਲਾਂ ਵੀ ਦਰਜ ਨੇ ਅਤੇ ਉਹ ਵਿਦੇਸ਼ ਤੋਂ ਆਪਣਾ ਦੱਸਿਆ ਜਾ ਰਿਹਾ ਹੈ ਕਿ ਗਰੂ ਚਲਾ ਰਿਹਾ ਹੈ ਉਦੇ ਤੋਂ ਬਾਅਦ ਉਸ ਨੂੰ ਕਹਿੰਦੇ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਅਤੇ ਬੀਤੀ ਰਾਤ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਵਿੱਚ ਸੀ ਸੌਣ ਦੀ ਤਿਆਰੀ ਵਿੱਚ ਸੀ 10:30 ਪਾਉਣੇ ਇੱਕ 11 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਪਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਪਟਾਕੇ ਜਾਂ ਆਤਿਸ਼ਬਾਦੀ ਹੈ ਨੌਕਲ ਮਹਾਜਨ ਗੋਲੀਆਂ ਚੱਲਣ ਤੋਂ ਬਾਅਦ ਇਹ ਵੀ ਦੱਸ ਰਿਹਾ ਹੈ ਕਿ ਰਾਤ ਦੇ ਤਕਰੀਬਨ 2:00 ਵਜੇ WhatsApp ਨੰਬਰ ਤੇ ਇੱਕ ਕਾਲ ਵੀ ਆਈ ਪਰ ਉਹ ਸੌ ਰਿਹਾ ਸੀ ਜਿਸ ਕਰਕੇ ਉਸ ਨੇ ਨਹੀਂ ਚੁੱਕੀ ਸਵੇਰੇ 5 ਵਜੇ ਦੇ ਕਰੀਬ ਪਤਾ ਲੱਗਦਾ ਹੈ ਘਰ ਦੇ ਬਾਹਰ 메ਨ ਗੇਟ ਦੇ ਉੱਤੇ ਤਿੰਨ ਖੋਲ ਤੇ ਦੋ ਜਿੰਦਾ ਰੌਂਦ ਮਿਲੀ ਸੀ ਅਤੇ ਘਰ ਦੇ ਸਾਹਮਣੇ ਕੰਧ ਤੇ ਛੱਤ ਤੇ ਗੋਲੀਆਂ ਦੇ ਨਿਸ਼ਾਨ ਵੀ ਸਨ 메ਨ ਗੇਟ ਵਿੱਚੋਂ ਵੀ ਇੱਕ ਗੋਲੀ ਆਰ ਪਾਰ ਹੋਈ ਸੀ ਇਹਦੇ ਤੋਂ ਬਾਅਦ ਲਵੀ ਵੱਲੋਂ ਇੱਕ ਫੇਸਬੁੱਕ ਅਕਾਊਂਟ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਗਈ ਅਤੇ ਉਸ ਨੂੰ ਅਤੇ ਬਲਜੀਤ ਪਾੜਾ ਨੂੰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਉਹਨੇ ਦੋਸ਼ ਲਾਇਆ ਕਿ ਇਸ ਹਮਲੇ ਵਿੱਚ ਲਵੀ ਦੀ ਪਤਨੀ ਅਤੇ ਇੱਕ ਪ੍ਰਾਪਰਟੀ ਪ੍ਰੋਮੋਟਰ ਸਿਮਰਨਜੀਤ ਸਿੰਘ ਉਰਫ ਸਾਹਬ ਦਾ ਵੀ ਹੱਥ ਹੈ ਕਿਉਂਕਿ ਉਸ ਦੀ ਦੁਸ਼ਮਣੀ ਉਸ ਪ੍ਰਾਪਰਟੀ ਡੀਲਰ ਨਾਲ ਚੱਲ ਰਹੀ ਹੈ ਅਤੇ ਉਹ ਪ੍ਰਾਪਰਟੀ ਡੀਲਰ ਕਾਥੇ ਤੌਰ ਤੇ ਲਵੀ ਨੂੰ ਸ਼ਹਿ ਦੇ ਰਿਹਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਪਰਟੀ ਪ੍ਰੋਮੋਟਰ ਸਾਹਿਬ ਨੂੰ ਵਿਦੇਸ਼ੀ ਨੰਬਰਾਂ ਤੋਂ ਫਰੋਤੀ ਦੀਆਂ ਕਾਲਾਂ ਆਉਣ ਤੋਂ ਬਾਅਦ ਪੁਲਿਸ ਸੁਰੱਖਿਆ ਵੀ ਦਿੱਤੀ ਹੋਈ ਹੈ ਪੁਲਿਸ ਵੱਲੋਂ ਨਕਲ ਮਹਾਜਨ ਦੇ ਬਿਆਨਾਂ ਦੇ ਆਧਾਰ ਤੇ ਲਵਪ੍ਰੀਤ ਸਿੰਘ ਉਰਫ ਲਵੀ ਸਿਮਰਨਜੀਤ ਸਿੰਘ ਸਾਹਿਬ ਅਤੇ ਲਾਪਰੀਤ ਦੀ ਘਰਵਾਲੀ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਆ ਖਬਰ ਕਾਫੀ ਹੈਰਾਨੀਜਨਕ ਖਬਰ ਹੈ ਕਿ ਕੋਈ ਬੱਚਾ ਜिद ਕਰੇ ਰੋਵੇ ਕਿ ਮੈਂ ਤਾਂ ਅਗਵਾਕਾਰ ਕੋਲ ਹੀ ਜਾਣਾ ਹੈ ਜੈਪੁਰ ਤੋਂ ਇਹ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ 14 ਮਹੀਨੇ ਪਹਿਲਾਂ ਜੈਪੁਰ ਤੋਂ ਅਗਵਾ ਕੀਤੇ 11 ਕੁ ਮਹੀਨੇ ਦੇ ਬੱਚੇ ਕੁੱਕੂ ਨੂੰ ਉਹਨੂੰ ਕਾਨਾ ਵੀ ਕਹਿੰਦੇ ਆ ਉਹਨੂੰ ਲੱਭਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਬੱਚਾ ਹੁਣ 2 ਸਾਲ ਦਾ ਹੋ ਗਿਆ ਹੈ। ਪੁਲਿਸ ਨੇ ਜਦੋਂ ਬੀਤੇ ਬੁੱਧਵਾਰ ਨੂੰ ਬੱਚੇ ਨੂੰ ਅਗਵਾ ਕਰਨ ਵਾਲੇ ਕੋਲੋਂ ਬਰਾਮਦ ਕੀਤਾ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚਾ ਰੋਣ ਲੱਗ ਪਿਆ। ਬੱਚਾ ਮੁੜ ਕੇ ਅਗਵਾਕਾਰ ਕੋਲ ਜਾਣ ਦੀ ਜ਼ਿੱਦ ਕਰ ਰਿਹਾ ਸੀ, ਰੋ ਰਿਹਾ ਸੀ। ਪੁਲਿਸ ਟੀਮ ਬੱਚੇ ਨੂੰ ਉਸਦੀ ਮਾਂ ਕੋਲ ਲੈ ਕੇ ਗਈ ਤਾਂ ਵੀ ਉਹ ਮੁਲਜ਼ਮ ਕੋਲ ਜਾਣ ਦੀ ਜ਼ਿੱਦ ਕਰਦਾ ਰਿਹਾ। ਬੱਚੇ ਨੂੰ ਅਗਵਾ ਕਰਨ ਵਾਲਾ ਮੁਰਜ਼ਮ ਹੈੱਡ ਕਨਸਟੇਬਲ ਤੁੰਦ ਚਾਹ ਜਿਹੜਾ ਇੱਕ ਯੂਪੀ ਪੁਲਿਸ ਵਿੱਚ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਬੱਚੇ ਨੂੰ ਰੋਂਦਾ ਦੇਖ ਕੇ ਭਾਵਕ ਹੋ ਗਿਆ ਡੀਸੀਪੀ ਦੇਗੰਤ ਆਨੰਦ ਨੇ ਦੱਸਿਆ ਕਿ ਮੁਰਜ਼ਮ ਹੈੱਡ ਕਨਸਟੇਬਲ ਤਨੂ ਚਾਹ ਨੇ 11 ਜੂਨ 2023 ਨੂੰ ਬਾਟਿਕਾ ਤੋਂ 11 ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ ਤਿੰਨ ਦਿਨ ਬਾਅਦ 14 ਜੂਨ 2023 ਨੂੰ ਬੱਚੇ ਦੇ ਮਾਪਿਆਂ ਨੇ ਥਾਣਾ ਸੰਗਾਨੇਰ ਸਦਰ ਨੂੰ ਰਿਪੋਰਟ ਦਰਜ ਕਰਵਾਈ ਸੀ ਦੱਸਿਆ ਗਿਆ ਸੀ ਕਿ ਚਾਰ ਵਿਅਕਤੀ ਉਹਨਾਂ ਦੇ ਘਰ ਆਏ ਅਤੇ ਉਹਨਾਂ ਦੇ ਨਾਲ ਔਰਤ ਦੇ ਮਾਮੇ ਦਾ ਜਾਨਕਰ ਤਨੁਜ ਚਾਰ ਵੀ ਸੀ ਜਿਵੇਂ ਹੀ ਮਲਜ਼ਮ ਘਰ ਦੇ ਅੰਦਰ ਦਾਖਲ ਹੋਇਆ ਉਸ ਨੇ ਔਰਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹ ਭੱਜ ਕੇ ਪਾਪ ਪੀੜਤਾ ਨੇੜੇ ਆਪਣੇ ਭਰਾ ਦੇ ਘਰ ਜਾ ਵੜੀ ਜਦੋਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਵਾਪਸ ਪਰਤੀ ਤਾਂ ਤਨੁਜ ਬੱਚੇ ਨੂੰ ਲੈ ਕੇ ਉੱਥੋਂ ਦੌੜ ਗਿਆ ਸੀ ਮਲਜ਼ਮ ਨੇ ਦਾਅਵਾ ਕੀਤਾ ਕਿ ਇਹ ਬੱਚਾ ਉਹਦਾ ਉਹਦੇ ਨਾਲ ਹੀ ਰਹੇਗਾ ਉਹ ਔਰਤ ਨੂੰ ਵੀ ਆਪਣੇ ਨਾਲ ਹੀ ਲਿਜਾਣਾ ਚਾਹੁੰਦਾ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਤਨੁਜ ਨੂੰ ਯੂਪੀ ਦੇ ਗੋਂਡਾ ਅਲੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ ਦਰਸਾਲ ਕੁਝ ਦਿਨ ਪਹਿਲਾਂ ਪੁਲਿਸ ਨੂੰ ਇਹ ਸੂਹ ਮਿਲੀ ਸੀ ਕਿ ਮੁਲਜ਼ਮ ਮਥਰਾ ਦੇ ਗਵਰਦਨ ਪ੍ਰਕਰਮਾ ਮਾਰਗ ਤੇ ਇੱਕ ਝੌਂਪੜੀ ਵਿੱਚ ਇੱਕ ਮਾਸੂਮ ਬੱਚੇ ਨਾਲ ਰਹਿ ਰਿਹਾ ਹੈ ਇਹਦੇ ਤੋਂ ਬਾਅਦ ਜੈਪੁਰ ਤੋਂ ਪੁਲਿਸ ਦੀ ਇੱਕ ਵਿਸ਼ੇਸ਼ ਟੀਮ 22 ਅਗਸਤ ਨੂੰ ਮਥਰਾ ਪਹੁੰਚਦੀ ਹੈ ਉੱਥੇ ਮੁਲਜ਼ਮ ਤਨੁਜ ਨੂੰ 2-3 ਦਿਨਾਂ ਤੱਕ ਵੱਖ-ਵੱਖ ਥਾਵਾਂ ਤੇ ਉਹਦੀ ਤਲਾਸ਼ੀ ਲਈ ਗਈ ਟੀਮ ਨੂੰ ਫਿਰ ਸੂਚਨਾ ਮਿਲੀ ਕਿ 27 ਅਗਸਤ ਨੂੰ ਮਲਜ਼ਮ ਗੌਂਡਾ ਅਲੀਗੜ ਗਿਆ ਸੀ ਪੁਲਿਸ ਟੀਮ ਨੇ ਉਸ ਨੂੰ ਉੱਥੋਂ ਹੀ ਗ੍ਰਿਫਤਾਰ ਕੀਤਾ ਹੈ ਬੱਚਾ ਵੀ ਉਸ ਵਕਤ ਉਹਦੇ ਨਾਲ ਹੀ ਸੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਕਿ ਉਹ ਔਰਤ ਦੇ ਲੜਕੇ ਨੂੰ ਆਪਣਾ ਪੁੱਤਰ ਸਮਝਦਾ ਹੈ ਬੱਚੇ ਨੂੰ ਅਗਵਾ ਕਰਨ ਲਈ ਮਲਜ਼ਮਾ ਨੇ ਜੈਪੁਰ ਦੇ ਵਿੱਚ ਭਿਖਾਰੀ ਵਜੋਂ 9 ਮਹੀਨੇ ਤੱਕ ਰੇਕੀ ਵੀ ਕੀਤੀ ਉਹ ਪੁਲਿਸ ਦੇ ਤਰੀਕਿਆਂ ਤੋਂ ਵੀ ਜਾਣੂ ਸੀ ਇਸੇ ਕਰਕੇ ਉਹ ਇੰਨੇ ਲੰਬੇ ਸਮੇਂ ਤੱਕ ਪੁਲਿਸ ਤੋਂ ਬਚਦਾ ਰਿਹਾ ਡੀਸੀਪੀ ਨੇ ਦੱਸਿਆ ਕਿ ਮਲਜ਼ਮ ਆਪਣੀ ਪਛਾਣ ਛੁਪਾ ਕੇ ਇੱਕ ਸਾਧੂ ਦੇ ਰੂਪ ਵਿੱਚ ਰਹਿ ਰਿਹਾ ਸੀ ਮਲਜ਼ਮ ਆਪਣੇ ਕੋਲ ਸਿਰਫ ਇੱਕ ਕੀ ਪੈਡ ਵਾਲਾ ਫੋਨ ਰੱਖਦਾ ਸੀ ਆਪ ਤੌਰ ਤੇ ਉਸ ਨੂੰ ਬੰਦ ਰੱਖਦਾ ਸੀ ਪਰ ਜਦੋਂ ਉਸ ਨੇ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਸੀ ਉਸ ਵਕਤ ਉਸ ਨੂੰ ਔਨ ਕਰ ਲੈਂਦਾ ਸੀ ਮਲਜ਼ਮ ਤਨੋਧ ਚਾਹਰ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਜੇਲ੍ਹ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਬੁੱਧਵਾਰ ਵਾਲੇ ਦਿਨ ਜਦੋਂ ਪੁਲਿਸ ਮਲਜ਼ਮ ਨੂੰ ਜੈਪੁਰ ਲੈ ਕੇ ਗਈ ਤਾਂ ਇਹਦੇ ਤੋਂ ਬਾਅਦ ਜਦੋਂ ਬੱਚੇ ਨੂੰ ਮਾਂ ਦੇ ਹਵਾਲੇ ਕੀਤਾ ਗਿਆ ਤਾ ਮਾਸੂਨ ਬੱਚਾ ਅਗਵਾਕ ਕੌਰ ਕੋਲ ਦੇ ਰਹਿਣ ਦੀ ਇਜਤ ਕਰ ਰਿਹਾ ਸੀ ਕਿ ਮੈਂ ਤਾਂ ਇਹਦੇ ਕੋਲ ਹੀ ਰਹਿਣਾ ਹੈ। ਉਹ ਮਲਜ਼ਮ ਦੇ ਨਾਲ ਚਿੰਬੜ ਚਿੰਬੜ ਕੇ ਰੋਂਦਾ ਰਿਹਾ ਤੇ ਉਹ ਮਲਜ਼ਮ ਦੇ ਕੋਲੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ ਕਿਉਂਕਿ ਬੀਤੇ ਕਈ ਮਹੀਨਿਆਂ ਤੋਂ ਮਲਜ਼ਮ ਦੇ ਨਾਲ ਰਹਿਣ ਦਾ ਆਦੀ ਹੋ ਚੁੱਕਿਆ ਸੀ। ਦੋਸਤੋ ਇਹ ਸੀ ਕੌਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਸ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ